ਪੰਜਾਬ ਅੰਦਰ ਚਿੱਟੀ ਮੱਖੀ ਨਾਲ ਹੋਏ ਖਰਾਬੇ ਦਾ ਯੋਗ ਮੁਆਵਜ਼ਾ ਲੈਣ ਦੇ ਲਈ ਜਿੱਥੇ ਕਿਸਾਨਾਂ ਨੇ ਪੰਜਾਬ ਸਰਕਾਰ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ, ਉੱਥੇ ਕਾਂਗਰਸੀ ਆਗੂ ਇੰਦਰਜੀਤ ਸਿੰਘ ਜੀਰਾ ਨੇ ਪੰਜਾਬ ਸਰਕਾਰ ਨੂੰ ਕਿਸਾਨੀ ਸਮੱਸਿਆਵਾਂ ਦੇ ਹੱਲ ਦੇ ਲਈ 15 ਦਿਨ ਦਾ ਸਮਾਂ ਦਿੱਤਾ ਹੈ। ਇੰਦਰਜੀਤ ਸਿੰਘ ਜੀਰਾ ਦੇ ਵੱਲੋਂ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਕੀ ਕੁਝ ਕਿਹਾ ਗਿਆ, ਆਓ ਦੇਖਦੇ ਹਾਂ ਇਸ ਰਿਪੋਰਟ ਦੇ ਵਿੱਚ। ਪੰਜਾਬ ਅੰਦਰ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਰੇੜਕਾ ਜਾਰੀ ਹੈ। ਇਸ ਮਾਮਲੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨੇ ਦਿੱਤੇ ਜਾ ਰਹੇ ਨੇ, ਉੱਥੇ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਜ਼ੀਰਾ ਨੇ ਚਿੱਟੀ ਮੱਖੀ ਮਾਮਲੇ ਵਿੱਚ ਪੰਜਾਬ ਸਰਕਾਰ ਤੇ ਖੂਬ ਨਿਸ਼ਾਨੇ ਸਾਧੇ ਤੇ ਮੁਆਵਜ਼ੇ ਦੀ ਮੰਗ ਕੀਤੀ। ਪ੍ਰੋਗਰਾਮ ਅਸੀਂ ਇਹ ਦਿੱਤਾ ਹੈ ਕਿ ਜੇ ਸਾਰੀਆਂ ਡਿਮਾਂਡਾਂ 15 ਦਿਨਾਂ ਦੇ ਵਿੱਚ ਨਾ ਪੂਰੀਆਂ ਹੋਈਆਂ, ਹੋਰ ਵੀ ਡਿਮਾਂਡਾਂ ਨੇ ਸਾਰੀਆਂ, ਜਿੱਥੇ ਬਾਸਪਸੀ ਦੀ ਏ ਉੱਥੇ ਪਿਛਲੇ ਜਿਹੜੀ ਸਾਲ ਸੀ ਉਹ 3000 ਨੂੰ ਵੇਖਦੀ ਸੀ, ਉਦੋਂ ਪਿਛਲੇ ਸਾਲ 55 ਨੂੰ ਵੇਖ ਰਹੀ ਸੀ, ਐਤਕੀ 1300 ਨੂੰ ਵੇਖ ਰਹੀ ਹੈ। ਸਰਕਾਰ ਨੇ ਕਿਹਾ 1450 ਨੂੰ ਖਰੀਦ ਲਓ, ਪਰ 1450 ਨੂੰ ਕੋਈ ਖਰੀਦ ਨਹੀਂ ਰਿਹਾ, ਕਿਸਾਨ ਮਜਬੂਰੀ 'ਚ 1200 ਨੂੰ 1300 ਨੂੰ ਵੇਚ ਰਿਹਾ। ਅਸੀਂ ਕਿਹਾ ਕਿ ਉਹਦੇ 1000 ਰੁਪਈਆ ਬੋਨਸ ਸਰਕਾਰ ਦੇਵੇ। ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਦ ਇੰਦਰਜੀਤ ਸਿੰਘ ਜ਼ੀਰਾ ਮੁੱਖ ਮੰਤਰੀ ਬਾਦਲ ਨੂੰ ਮੈਮੋਰੈਂਡਮ ਦੇਣ ਗਏ ਤਾਂ ਪੁਲਿਸ ਵੱਲੋਂ ਉਹਨਾਂ ਨਾਲ ਧੱਕਾ ਮੁੱਕੀ ਕੀਤੀ ਗਈ, ਜਿਸ ਦੇ ਬਾਅਦ ਕਿਸਾਨ ਸੈੱਲ ਦੀ ਸਾਰੀ ਕਮੇਟੀ ਸੜਕ ਤੇ ਬੈਠ ਗਈ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਇੰਦਰਜੀਤ ਸਿੰਘ ਜ਼ੀਰਾ ਨੇ ਚਿੱਟੀ ਮੱਖੀ ਮਾਮਲੇ ਵਿੱਚ ਕੁਝ ਅਜਿਹੇ ਨਾਮ ਲਏ ਜਿਸ ਦੇ ਬਾਅਦ ਪੰਜਾਬ ਦੀ ਸਿਆਸਤ ਅੰਦਰ ਤਲਖੀ ਵਧਣੀ ਸੁਭਾਵਕ ਜਿਹੀ ਗੱਲ ਜਾਪ ਰਹੀ ਹੈ। ਤੁਸੀਂ ਕਹਿੰਦੇ ਸੀ CBI ਇਹਨਾਂ ਦੀ ਹੈ, ਸੈਂਟਰ 'ਚ ਸਰਕਾਰ ਇਹਨਾਂ ਦੀ ਹੈ, ਉਹ ਹੁਣ ਤਾਂ CBI ਸਾਡੀ ਨਹੀਂ, ਸੈਂਟਰ 'ਚ ਸਰਕਾਰ ਸਾਡੀ ਨਹੀਂ, CBI ਤੁਹਾਡੀ ਹੈ। ਅਸੀਂ ਸਾਡੀ ਡਿਮਾਂਡ ਤਾਂ ਇਹੋ ਹੀ ਹੈ ਕਿ CBI ਨੂੰ ਕੇਸ ਦੇ ਦਿਓ, ਪਤਾ ਲੱਗ ਜੂਗਾ ਕਿ ਤੁਸੀਂ ਕਿੰਨੇ ਲਾਇਆ, ਸੁਖਵੀਰ ਨੇ ਕਿੰਨੇ ਲਾਇਆ, ਤੋਤਾ ਸਿੰਘ ਨੇ ਕਿੰਨੇ ਲਏ ਨੇ, ਮੰਗਲ ਸਿੰਘ ਨੇ ਕਿੰਨੇ ਲਏ ਨੇ, ਉਹ ਦਿਆਲ ਸਿੰਘ ਕੋਲਿਆਂ ਨੇ ਕਿੰਨੇ ਲਏ ਨੇ, ਜਾਂ ਹੋਰ ਕਿਹੜੇ ਨੇ ਕਿੰਨੇ ਕਿੰਨੇ ਪੈਸੇ ਲਏ ਨੇ, ਉਹ ਸਾਰੀ ਗੱਲ ਸਪਸ਼ਟ ਬਾਹਰ ਆ ਜਾਏਗੀ, CBI ਨੰਗੀ ਕਰ ਦੇਗੀ। ਔਰ ਅਸੀਂ ਕਹਿੰਦੇ ਹਾਂ ਕਿ ਕਿਸਾਨਾਂ ਨੂੰ 40,000 ਰੁਪਈਆ ਦਿੱਤਾ ਜਾਵੇ, ਕਿਉਂਕਿ ਜੇ ਕੁਦਰਤੀ ਆਫਤ ਹੋਵੇ ਤਾਂ ਅਗਲੇ ਝੱਲ ਲੈਂਦੇ ਨੇ, ਹੁਣ ਕੁਦਰਤੀ ਆਫਤ ਨਹੀਂ, ਹੁਣ ਜਿਹੜਾ ਚਿੱਟਾ ਪਿਆ ਹੈ ਇਹ ਚਿੱਟਾ ਜਿਹੜਾ ਪਿਆ ਹੈ ਇਹ ਤੁਹਾਡੇ ਕਾਰਨ ਪਿਆ ਹੈ, ਪੂਰਾ ਮੁਆਵਜ਼ਾ ਦਿਓ ਉਹਨਾਂ ਨੂੰ। ਪੰਜਾਬ ਕਿਸਾਨ ਸੈੱਲ ਦੀ ਸਾਰੀ ਕਮੇਟੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਿੱਟ ਸਿਆਪਾ ਕੀਤਾ ਤੇ ਚਿੱਟੀ ਮੱਖੀ ਦੇ ਕੇਸ ਵਿੱਚ CBI ਜਾਂਚ ਦੀ ਮੰਗ ਕੀਤੀ ਤੇ ਐਲਾਨ ਕੀਤਾ ਕਿ ਜੇਕਰ ਕਿਸਾਨ ਸੈੱਲ ਦੀਆਂ ਮੰਗਾਂ 15 ਦਿਨਾਂ ਅੰਦਰ ਨਾ ਮੰਨੀਆਂ ਗਈਆਂ ਤਾਂ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਵੱਲੋਂ ਪੰਜਾਬ ਅਤੇ ਦਿੱਲੀ ਦੇ ਅੰਦਰ ਧਰਨੇ ਦਿੱਤੇ ਜਾਣਗੇ। ਅਸੀਂ ਉਹਨਾਂ ਦੀਆਂ ਕੋਠੀਆਂ ਦਾ ਵੀ ਘਿਰਾਓ ਕਰਾਂਗੇ, ਉਹਨਾਂ ਦਾ ਵੀ ਘਿਰਾਓ ਕਰਾਂਗੇ, ਔਰ ਉਹਨਾਂ ਨੂੰ ਅਸੀਂ ਜੇ ਸਾਨੂੰ ਇੱਥੋਂ ਨਿਆਣਾ ਮਿਲਿਆ ਤੇ ਉਦੋਂ ਬਾਅਦ ਅਸੀਂ ਦਿੱਲੀ ਨੂੰ ਵੀ ਰਵਾਨਾ ਹੋਵਾਂਗੇ, ਅਸੀਂ ਦਿੱਲੀ ਜਾ ਕੇ ਵੀ ਘਿਰਾਓ ਕਰਾਂਗੇ। ਅਸੀਂ ਸਿਆਪਾ ਕਰ ਰਹੇ ਹਾਂ ਕਿ ਬਾਦਲ ਮਰ ਗਿਆ ਤੇ ਉਹਦਾ ਸਿਆਪਾ ਕਰ ਰਹੇ ਹਾਂ, ਬਾਦਲ ਸਾਡੇ ਪਿਆ। ਅੱਜ ਪੰਜਾਬ ਕਾਂਗਰਸ ਦੇ ਕਿਸਾਨ ਸੈੱਲ ਵੱਲੋਂ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ। ਦੂਜੇ ਪਾਸੇ ਕਿਸਾਨ ਪਹਿਲਾਂ ਹੀ ਸਰਕਾਰ ਤੋਂ ਯੋਗ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਇਹ ਸਭ ਤੋਂ ਜਗ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ TV।